ਤੁਹਾਡੀਆਂ ਅੱਖਾਂ ਸਾਹਮਣੇ ਹੀ ਹੁੰਦਾ ਹੈ ਚੋਰ ਪਸ ਪਹਿਚਾਨਣ ਦੀ ਤੁਹਾਨੂੰ ਲੋੜ ਹੁੰਦੀ ਹੈ। ਜੀ ਹਾਂ, ਜੇ ਨਹੀਂ ਯਕੀਨ ਹੁੰਦਾ ਤਾਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਦੇਖੋ। ਇੱਕ ਸ਼ਖਸ ਜੋ ਕਿ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਗਲੀ ਦੇ ਵਿੱਚ ਬੈਠਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ। ਇਹ ਸ਼ਖਸ ਕੋਈ ਆਮ ਸ਼ਖਸ ਨਹੀਂ, ਇਹ ਚੋਰ ਹੈ। ਹਾਲਾਂਕਿ ਨੇੜੇ ਤੇੜਿਓਂ ਲੰਘ ਰਹੇ ਲੋਕਾਂ ਨੂੰ ਇਹ ਆਮ ਸ਼ਖਸ ਹੀ ਲੱਗ ਰਿਹਾ ਹੋਵੇਗਾ, ਕਿਉਂਕਿ ਇਹ ਇਸ ਤਰੀਕੇ ਦੇ ਨਾਲ ਐਕਟਿੰਗ ਕਰ ਰਿਹਾ ਹੈ। ਉੱਥੇ ਬੈਠਣ ਦੀ, ਉੱਥੇ ਖੜ੍ਹੇ ਰਹਿਣ ਦੀ, ਐਵੇਂ ਤਾਂ ਕੋਈ ਸਿੱਖਿਆ ਹੋਇਆ ਮਾਹਰ ਚੋਰ ਹੀ ਕਰ ਸਕਦਾ ਹੈ। ਦੇਖ ਸਕਦੇ ਹੋ ਕਿਵੇਂ ਚਲਾਕੀ ਦੇ ਨਾਲ ਪਹਿਲਾਂ ਤਾਂ ਦੁਕਾਨ ਦੇ ਕੋਲ ਖੜ੍ਹਿਆ, ਬਾਅਦ ਦੇ ਵਿੱਚ ਦੂਜੇ ਥੜੇ 'ਤੇ ਜਾ ਕੇ ਬਹਿ ਗਿਆ। ਫਿਰ ਇਸਨੇ ਦਾਅ ਲਗਾ ਕੇ ਦੁਕਾਨ ਦੇ ਬਾਹਰੋਂ ਪਿਆ ਹੋਇਆ ਗੀਜ਼ਰ ਚੁੱਕ ਲਿਆ ਅਤੇ ਆਪਣੇ ਦੋਸਤਾਂ ਦੇ ਨਾਲ ਬੈਠਿਆ, ਸਾਥੀਆਂ ਦੇ ਨਾਲ ਬੈਠਾ ਅਤੇ ਫਰਾਰ ਹੋ ਗਿਆ। ਤਾਂ ਤਸਵੀਰਾਂ ਹੁਸ਼ਿਆਰਪੁਰ ਸ਼ਹਿਰ ਦੀਆਂ ਨੇ, ਜਿੱਥੇ ਚੋਰ ਲਗਾਤਾਰ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਕਈ ਤਾਂ ਫੜੇ ਜਾ ਰਹੇ ਨੇ ਅਤੇ ਕਈ ਹਾਲੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਨੇ। ਤਾਂ ਪ੍ਰਭਾਤ ਚੌਂਕ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਗੁਰੂ ਅਰਜਨ ਦੇਵ ਜੀ ਇਲੈਕਟ੍ਰੋਨਿਕਸ ਨਾਮ ਦੀ ਇੱਕ ਦੁਕਾਨ, ਜਿਸ ਦੇ ਬਾਹਰ ਗੀਜ਼ਰ ਪਿਆ ਸੀ, ਗੀਜ਼ਰ ਚੁੱਕ ਕੇ ਲੈ ਗਿਆ ਚੋਰ। ਦੱਸ ਦਈਏ ਕਿ ਕੁੱਲ ਮਿਲਾ ਕੇ ਤਿੰਨ ਚੋਰ ਆਉਂਦੇ ਨੇ। ਇਹਨਾਂ ਦੇ ਵਿੱਚੋਂ ਇੱਕ ਉਤਰਦਾ ਹੈ ਜਿਹੜਾ ਕਿ ਐਕਟਿੰਗ ਕਰ ਰਿਹਾ ਹੈ। ਦੇਖ ਸਕਦੇ ਹੋ ਕਿ ਕਿਵੇਂ ਆਲੇ ਦੁਆਲੇ ਲੋਕਾਂ ਨੂੰ ਸ਼ੱਕ ਤੱਕ ਨਹੀਂ ਹੋ ਰਿਹਾ ਕਿ ਇਹ ਕੋਈ ਵਾਰਦਾਤ, ਯਾਨੀ ਕਿ ਚੋਰੀ ਕਰਨ ਦੇ ਇਰਾਦੇ ਦੇ ਨਾਲ ਉੱਥੇ ਖੜ੍ਹਾ ਹੈ। ਤਾਂ ਲੋਕਾਂ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਈ, ਨਾ ਦੁਕਾਨਦਾਰ ਨੂੰ ਪਤਾ ਚੱਲਿਆ। ਜਦੋਂ ਦੁਕਾਨਦਾਰ ਸਮਾਨ ਸਾਰਾ ਵਾਪਸ ਰੱਖਣ ਲੱਗਾ ਦੁਕਾਨ ਦੇ ਅੰਦਰ, ਤਾਂ ਉਹਨੂੰ ਪਤਾ ਚੱਲਿਆ ਕਿ ਗੀਜ਼ਰ ਤਾਂ ਗਾਇਬ ਹੈ। ਤਾਂ ਸੀਸੀਟੀਵੀ ਦੇਖੀ ਗਈ, ਸੀਸੀਟੀਵੀ ਦੇ ਵਿੱਚ ਆਹ ਕੁਝ ਸਾਹਮਣੇ ਆਇਆ ਜੋ ਤੁਸੀਂ ਦੇਖ ਰਹੇ ਹੋ। ਅਤੇ 5 ਵਜੇ ਕੁਛ ਅਣਪਛਾਤੇ 3 ਵਜੇ ਆਏ ਬੰਦੇ ਆਏ ਆ, ਸਪਲੈਂਡਰ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਸੀਗੀ। ਤਾਂ ਪਹਿਲਾਂ 2-3 ਵਾਰ ਰਾਊਂਡ ਕੀਤੇ ਉਹਨਾਂ ਨੇ, ਆਏ ਗਏ ਆ, ਲੋਕਾਂ ਨੇ ਇੱਥੇ ਕਵਰ ਵੀ ਕੀਤਾ, ਧਿਆਨ ਦੇਖਿਆ ਨਹੀਂ, ਪਰ ਇੰਨਾ ਨੋਟਿਸ 'ਚ ਨਹੀਂ ਆਇਆ। ਉਸ ਤੋਂ ਬਾਅਦ ਥੋੜ੍ਹੀ ਕੁ ਚਿਰ ਬਾਅਦ ਸਰ ਉਹ ਆਏ ਆ ਅਤੇ ਇੱਧਰ ਮੇਰੇ ਫਰੰਟ ਵਾਲੀ ਦੁਕਾਨ 'ਤੇ ਬਾਈਕ ਖੜ੍ਹਾ ਕਰਕੇ ਨਾ ਨਾਲ ਦੀ ਸ਼ਟਰ ਦੇ ਉੱਤੋਂ ਆ ਕੇ ਅਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ। ਠੀਕ ਹੈ, ਕਿਹੜੀ ਕੰਪਨੀ ਦਾ ਗੀਜ਼ਰ ਸੀਗਾ? ਖੇਤਾਨ ਕੰਪਨੀ ਦਾ ਸੀਗਾ ਜੀ। ਕਿੰਨੇ ਲੀਟਰ ਦਾ? 15 ਲੀਟਰ ਦਾ ਸੀਗਾ ਜੀ। ਕਿੰਨੇ ਕਹਿੰਦੇ ਅਪਰੋਕਸੀਮੇਟਲੀ? ਅਪਰੋਕਸੀਮੇਟਲੀ ਸਰ ਕਹਿ ਸਕਦੇ 6,500-7,000 ਦੀ ਆ ਜੀ। ਠੀਕ ਹੈ, ਕੰਪਲੇਂਟ ਕਰ ਦਿੱਤੀ ਹੈ ਜੀ? ਹਾਂਜੀ ਸਰ, ਕੰਪਲੇਂਟ ਕਰ ਦਿੱਤੀ ਹੋਈ ਹੈ ਜੀ। ਕਿਹੜੇ ਪੁਲਿਸ ਸਟੇਸ਼ਨ? ਇਹ ਮਾਡਲ ਟਾਊਨ ਜੀ। ਕੀ ਕਹਿ ਰਹੇ ਹੋ? ਉਹ ਸਰ ਰਾਤੀ ਕੰਪਲੇਂਟ ਕੀਤੀ ਸੀਗੀ, ਉਹ ਕਹਿ ਰਹੇ ਕਿ ਸਵੇਰੇ 9:30 ਵਜੇ ਆ ਜਾਓ ਅਤੇ ਆਪਾਂ ਟਰੇਸ ਕਰਦੇ ਹਾਂ। ਠੀਕ ਹੈ ਜੀ। ਸੀਸੀਟੀਵੀ ਵੀ ਆਈ ਆ? ਸੀਸੀਟੀਵੀ ਸਰ ਸਾਡੀ ਸਾਰੇ ਕੋਲ ਸਾਰੀਆਂ ਹੈਗੀਆਂ, ਅਸੀਂ ਉਹਨਾਂ ਨੂੰ ਦੇ ਦਿੱਤੀਆਂ ਹੋਈਆਂ। ਕਿੰਨੇ ਵਿਅਕਤੀ ਨਜ਼ਰ ਆ ਰਹੇ ਸੀਸੀਟੀਵੀ? ਇਹ 3 ਬੰਦੇ ਆ ਰਹੇ ਸੀ ਸਰ ਉਹਦੇ ਵਿੱਚ। ਕਿਹੜਾ ਮੋਟਰਸਾਈਕਲ? ਸਪਲੈਂਡਰ ਮੋਟਰਸਾਈਕਲ ਆ ਜੀ। ਨੰਬਰ ਹੈ ਕਿ ਵਿਦਆਊਟ ਨੰਬਰ? ਵਿਦਆਊਟ ਨੰਬਰ ਪਲੇਟ ਸੀਗਾ ਸਰ, ਲੋਕੀ ਦੱਸ ਰਹੇ ਜਿੱਦਾਂ ਆਲੇ ਦੁਆਲੇ ਵਾਲੇ, ਵਿਦਆਊਟ ਨੰਬਰ ਪਲੇਟ ਸੀਗਾ ਜੀ। ਮੁੰਡੇ ਸਰਦਾਰ ਸੀ ਕਿ ਮੋਨੇ? ਨਹੀਂ ਸਰ, ਮੋਨੇ ਸੀਗੇ ਜੀ। ਦੋ ਲੱਗਦਾ ਕਿ ਪੰਜਾਬੀ ਲੱਗ ਰਹੇ ਸੀ ਕਿ ਕੋਈ ਬਿਹਾਰੀ ਟਾਈਪ? ਨਹੀਂ, ਤਕਰੀਬਨ ਪੰਜਾਬੀ ਲੱਗ ਰਹੇ ਆ। ਫਰੰਟ ਵਾਲੇ ਨੇ ਤਾਂ ਬਿਲਕੁਲ ਮੂੰਹ ਓਪਨ ਆ ਰਿਹਾ, ਦੋ ਜਣਿਆਂ ਦੇ ਬੈਕ 'ਤੇ ਜਿਹੜੇ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ। ਮੰਗ ਸਰ, ਅਸੀਂ ਇਹੀ ਗੱਲ ਕਰ ਰਹੇ ਹਾਂ, ਦਿਨ ਪਰ ਦਿਨ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ, ਵੀ ਇਹ ਬਹੁਤ ਜ਼ਿਆਦਾ ਹੋ ਚੁੱਕਾ ਆ ਹੱਦ ਨਾ, ਅਤੇ ਅਸੀਂ ਚਾਹੁੰਦੇ ਕਿ ਜੋ ਵੀ ਬਣਦੀ ਕਾਰਵਾਈ, ਕਾਨੂੰਨੀ ਕਾਰਵਾਈ, ਇਹਨਾਂ ਨੂੰ ਫੜਿਆ ਜਾਵੇ। ਬਿਲਕੁਲ ਸੀਸੀਟੀਵੀ ਫੁਟੇਜ ਸਾਡੇ ਕੋਲ ਵਾ, ਉਹਦੇ ਵਿੱਚ ਸਾਫ਼ ਚਿਹਰੇ ਆ ਰਹੇ ਆ, ਕੋਈ ਲੱਭਣ ਵਾਲੀ ਤਾਂ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ, ਈਜ਼ੀਲੀ ਆਪਾਂ ਫੜ ਸਕਦੇ ਜਿਹਨਾਂ ਨੂੰ ਚਾਹੀਏ ਤਾਂ।